ਹੈਲੋ ਫਰੈਂਡਸ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਹੋ ਉਮੀਦ ਕਰਦੀ ਹਾਂ ਕਿ ਠੀਕ ਹੀ ਹੋਵਗੇ ਮੈਂ ਤੁਹਾਡੇ ਨਾਲ ਅੱਜ ਇਹ ਗਰਮੀਆਂ ਦੇ ਵਿੱਚ ਠੰਡੀਆਂ ਚੀਜ਼ਾਂ ਖਾਣ ਨੂੰ ਦਿਲ ਕਰਦਾ ਤੇ ਆਪਾਂ ਘਰੇ ਆਈਸਕ੍ਰੀਮ ਬਣਾਈ ਹੈ ਇਹ ਮੰਗੋ ਦੀ ਆਈਸਕ੍ਰੀਮ ਹੈ ਤੇ ਘਰੇ ਆਪਾਂ ਬਣਾ ਕੇ ਮਤਲਬ ਬੱਚਿਆਂ ਨੂੰ ਤੇ ਆਪ ਖਾਧੀ ਬਹੁਤ ਟੇਸਟੀ ਬਣਦੀ ਹੈ ਸਭ ਤੋਂ ਪਹਿਲਾਂ ਆਪਾਂ ਤੀਲਾ ਲਿਆ ਪਤਲੇ ਦੇ ਵਿੱਚ ਆਪਾਂ ਦੁੱਧ ਪਾ ਲਿਆ ਦੁੱਧ ਤੁਸੀਂ ਆਪਦੀ ਫੈਮਲੀ ਦੇ ਅਕੋਰਡਿੰਗ ਹੀ ਪਾਉਣਾ ਜਿੰਨਾ ਮਤਲਬ ਫੈਮਲੀ ਹੈ ਉਸ ਹਮ ਜਿੰਨਾਂ ਲਾ ਮੈਂ 1 ਕਿਲੋ ਦੁੱਧ 1 ਕਿਲੋ ਦੇ ਕਰੀਬ ਲਿਆ ਸੀਗਾ ਚਾਰ ਪੰਜ ਨਾਲ ਇਹਨੂੰ ਸਰਵ ਹੋ ਜਾਂਦੀ ਹੈ ਆਈਸਕ੍ਰੀਮ ਤੇ ਇਹਦੇ ਵਿੱਚ ਇੱਕ ਅੱਧੀ ਕੌਲੀ ਖੰਡ ਦੀ ਪਾ ਲਈ ਹੈ ਤੁਸੀਂ ਇਹ ਜੇ 슈ਗਰ ਵੀ ਮਤਲਬ ਮਿਸ਼ੱਕਰ ਵੀ ਐਡ ਕਰ ਸਕਦੇ ਹੋ ਤੇ 슈ਗਰ ਤਾਂ ਮੈਂ ਪਾਈ ਪਾਈ ਇਹਦੇ ਵਿੱਚ ਤੇ ਜਿਵੇਂ ਆਪਣੇ ਕਦੇ ਹੁੰਦੇ ਆ ਮਿਸ਼ਰੀ ਵਗੈਰਾ ਵੀ ਹਨਾ ਤੁਸੀਂ ਕੁੱਟ ਕੇ ਇਹਦੇ ਵਿੱਚ ਪਾ ਸਕਦੇ ਹੋ ਤੇ ਹੁਣ ਆਪਾਂ ਦੁੱਧ ਨੂੰ ਬਾਲਾ ਆ ਗਿਆ ਤੇ ਦੁੱਧ ਨੂੰ ਕੋਸ਼ਿਸ਼ ਕਰੋ ਵੀ ਦੁੱਧ ਵਗੈਰਾ ਜਿਹੜਾ ਉ ਨਾ ਜਮਾਓ ਮਤਲਬ ਜਿਹੜੇ ਆਈਸਕ੍ਰੀਮ ਕਰਨੀਆਂ ਇਹ ਜਰੂਰ ਬੋਇਲ ਕਰ ਲਿਆ ਕਰੋ ਬਸ ਪੈਸਟਰਾਇਜ਼ਡ ਮਤਲਬ ਮਿਲਕ ਆ ਜਾਂਦੇ ਆ ਤੇ ਉਹਦੇ ਆਪਾਂ ਉਹ ਵੀ ਆਪਾਂ ਜਮਾ ਸਕਦੇ ਆ ਤੇ ਪਰ ਜਿਵੇਂ ਦੁੱਧ ਨੂੰ ਬਾਲਾ ਦੇ ਕੇ ਚੰਗੀ ਤਰ੍ਹਾਂ ਖੰਡ ਪਾਈ ਹੋਈ ਆ ਤੇ ਹੁਣ ਇਹਦੇ ਚ ਥੋੜੀ ਜੀ ਇਲਾਇਚੀ ਪਾ ਲਈ ਆ ਇਲਾਚੀ ਪਾਊਡਰ ਪਾਇਆ ਵਾ ਇਹਦੇ ਚ ਤੇ ਹੁਣ ਇਹਨੂੰ ਠੰਡਾ ਪਾ ਰੱਖ ਦਾਂਗੇ ਰੂਮ ਟੈਂਪਰੇਚਰ ਤੇ ਜਾਂ ਤੁਸੀਂ ਠੰਡਾ ਪਾਣੀ ਵਗੈਰਾ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਚੰਗੀ ਤਰ੍ਹਾਂ ਠੰਡਾ ਕਰਕੇ ਇਹੀ ਵਿੱਚ ਆਪਾਂ ਮਿਕਸ ਕਰਨਾ ਮੈਂਗੋ ਅਦਰਵਾਈਜ਼ ਤਾਂ ਉਹ ਫਟ ਜੇ ਜਾਏਗਾ ਦੁੱਧ ਤੇ ਇਹਨੂੰ ਇਹੀ ਕੋਸ਼ਿਸ਼ ਕਰਿਓ ਬਿਲਕੁਲ ਹੀ ਠੰਡਾ ਮਤਲਬ ਹੋਣਾ ਚਾਹੀਦਾ ਇਹ ਮਿਲਕ ਤੇ ਉਨੀ ਦੇਰ ਤੱਕ ਤੁਸੀਂ ਰੱਖ ਦਿਓ ਇਹਨੂੰ ਸਾਈਡ ਤੇ ਤੇ ਆਪਾਂ ਆਪਾਂ ਇਹਨੂੰ ਮੰਗੋ ਦੀ ਤਿਆਰੀ ਕਰਦੇ ਆਂ ਪਹਿਲਾਂ ਇਹਨੂੰ ਤੋਂ ਪੀਲ ਕਰਨਾ ਵਾ ਛਿੱਲ ਕੇ ਚੰਗੀ ਤਰ੍ਹਾਂ ਤੇ ਵਿੱਚ ਮਤਲਬ ਕੋਈ ਹਾਰਡ ਪਾਰਟ ਜਾਂ ਨਹੀਂ ਆਉਣਾ ਚਾਹੀਦਾਗਾ ਫਿਰ ਉਹ ਵਿੱਚ ਉਹੀ ਆ ਜਾਂਦਾ ਤੇ ਜਾਨੀ ਕਿ ਵਿੱਚ ਆਪਾਂ ਜਦੋਂ ਮਿਕਸ ਕਰਦੇ ਆ ਹਨਾ ਬਲੈਂਡ ਕਰਦੇ ਆ ਤੇ ਉਹ ਫਿਰ ਵਿੱਚ ਪੀਸਿਸ ਵਿੱਚ ਆਈ ਜਾਂਦੇ ਆ ਕੋਸ਼ਿਸ਼ ਕਰੋ ਚ ਕਿ ਚੰਗੀ ਤਰ੍ਹਾਂ ਇਹਨੂੰ ਤੋਂ ਮਤਲਬ ਛਿੱਲ ਲਓ ਛਿੱਲ ਕੇ ਫਿਰ ਆਪਾਂ ਇਹਦੇ ਇਹਨੂੰ ਆਪਾਂ ਪੀਸਿਸ ਵਿੱਚ ਕੱਟ ਲਵਾਂਗੇ ਤੇ ਪੀਸਿਸ ਕੱਟਣ ਤੋਂ ਬਾਅਦ ਫਿਰ ਆਪਾਂ ਇਹਦੀ ਸਮੂਦੀ ਜੀ ਬਣਾ ਲਾਂਗੇ ਤੇ ਮਤਲਬ ਤੁਸੀਂ ਇਹੀ ਕੋਸ਼ਿਸ਼ ਕਰਿਆ ਕਰੋ ਵੀ ਜਿਉਂ ਆਪਾਂ ਆਈਸਕ੍ਰੀਮ ਵਗੈਰਾ ਵੈਸਤਾ ਬਾਹਰੋਂ ਵੀ ਲੈ ਸਕਦੇ ਪਰ ਜਿਹੜੀ ਘਰ ਦੀ ਚੀਜ਼ ਬਣੀ ਹੁੰਦੀ ਹੈ ਉਹਦੇ ਵਰਗੀ ਰੀਸ ਨਹੀਂ ਹੁੰਦੀ ਕਿ ਆਪਾਂ ਘਰੇ ਵੀ ਛੇਤੀ ਬਣਾ ਕੇ ਤੇ ਆਪਾਂ ਮਤਲਬ ਬੱਚਿਆਂ ਨੂੰ ਜਾਂ ਆਪ ਵੀ ਖਾ ਸਕਦੇ ਹਾਂ ਬਹੁਤ ਵਧੀਆ ਤੇ ਜ ਮਤਲਬ ਜਿਹੜਾ ਆਂਬ ਹੁੰਦਾ ਹੈ ਇਹ ਤਾਂ ਗਰਮੀਆਂ ਦਾ ਫਾਲਾ ਬਹੁਤ ਵਧੀਆ ਤੇ ਹੁਣ ਆਪਾਂ ਇਹਦੇ ਚ ਕਟਿੰਗ ਕਰਕੇ ਆਪਾਂ ਇਹਨੂੰ ਆਪਾਂ ਇਹਨੂੰ ਸਮੂਥੀ ਬਣਾਵਾਂਗੇ ਹੁਣ ਆਪਾਂ ਇਹਦੀ ਤੇ ਇਹਨੂੰ ਮਤਲਬ ਜੇ ਜੇ ਮੰਨ ਲਓ ਕਿਸੇ ਤੇ ਘਰੇ ਬਲੈਂਡਰ ਨਹੀਂ ਹੈਗਾ ਜਾਂ ਮਿਕਸੀ ਵਗੈਰਾ ਕੁਝ ਨਹੀਂ ਹੈਗੀ ਤਾਂ ਇਹਨੂੰ ਪੀਸੇਸ ਵਿੱਚ ਕੱਟ ਲਓ ਵੈਸੇ ਜਿਹੜਾ ਆਪਾਂ ਇਹ ਆਂਬ ਲੈਣਾ ਵਾ ਮੰਗੋ ਤੇ ਉਹ ਥੋੜਾ ਜਿਹਾ ਪੱਕੇ ਹੀ ਹੋਣਾ ਚਾਹੀਦਾ ਤੇ ਇਹਨੂੰ ਕਿਸੇ ਬਾਉਲ ਦੇ ਜਾਂ ਭਾਂਡੇ 'ਚ ਕਿਸੇ 'ਚ ਪਾ ਕੇ ਹਨਾ ਤੇ ਇਹਨੂੰ ਚਮਚ ਵਗੈਰਾ ਨਾਲ ਜਾਂ ਕਿਸੇ ਨਾਲ ਮੈਸ਼ ਜਿਹਾ ਕਰ ਲਓ ਤੇ ਉਹਦੇ ਨਾਲ ਬਹੁਤ ਈਜੀ ਆ ਜਿਵੇਂ ਇਹ ਆਂਬ ਪੱਕੇ ਹੁੰਦੇ ਆ ਤਾਂ ਉਹ ਬਹੁਤ ਹੀ ਵਧੀਆ ਬਣ ਜਾਂਦੇ ਆ ਤੇ ਉਹਦੇ ਚ ਨੀ ਆ ਮਿਕਸੀ ਜਾਂ ਬਲੈਂਡਰ ਵਗੈਰਾ ਦੀ ਲੋਡ ਨਹੀਂ ਹੁੰਦੀ ਤੇ ਉਹਨੂੰ ਬੌਲ ਚ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਪੀਸ ਲੋ ਬਸ ਤੇ ਉਹਨੂੰ ਜਿਵੇਂ ਆਪਾਂ ਕੌਲੇਜ ਚ ਸਾਰਿਆਂ ਨੂੰ ਮਿਕਸ ਕਰਕੇ ਤੇ ਫਿਰ ਬਹੁਤ ਹੀ ਵਧੀਆ ਬਣ ਜਾਂਦਾ ਵਾ ਇਹ ਤੇ ਮੈਂ ਪਹਿਲਾਂ ਹੀ ਆਹ ਉਹਦੇ ਚ ਪਾ ਲਿਆ ਸੀਗਾ ਬਲੈਂਡਰ ਕਰਨਾ ਇਹਨੂੰ ਮਿਕਸ ਤੇ ਸਮੂਦੀ ਬਣਾਉਣੀ ਆ ਤੇ ਇਹਦੇ ਚ ਮਿਲਕ ਨਹੀਂ ਮਿਕਸ ਕੀਤਾ ਤੇ ਹੁਣ ਜਾਨੀ ਕਿ ਥੋੜਾ ਜਿਹਾ ਉਹ ਜਿਆਦਾ ਮਤਲਬ ਸੰਘਣਾ ਸੀਗਾ ਤੇ ਹੁਣ ਥੋੜਾ ਜਿਹਾ ਵਿੱਚ ਦੁੱਧ ਪਾ ਲਿਆ ਤੇ ਦੁੱਧ ਵੀ ਆਪਣਾ ਇਹ ਠੰਡਾ ਹੋ ਗਿਆ ਹੁਣ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਬਲੈਂਡਰ ਚ ਚੰਗੀ ਤਰ੍ਹਾਂ ਸਮੂਦੀ ਜੀ ਤਿਆਰ ਹੋ ਜੂਗੀ ਪੀਸਿਸ ਵਗੈਰਾ ਨਹੀਂ ਰਹਿਏ ਵਿੱਚ ਚੰਗੀ ਤਰ੍ਹਾਂ ਤੇ ਜੇ ਆਪਾਂ ਆ ਇਹ ਮੰਗੋ ਜਿਹੜੇ ਹੁੰਦੇ ਚੰਗੀ ਤਰ੍ਹਾਂ ਬਣੇ ਹੋਏ ਲੈ ਲਈਏ ਜਾਨੀ ਕਿ ਮਤਲਬ ਆਪਾਂ ਆਈਸਕ੍ਰੀਮ ਵਾਸਤੇ ਤੇ ਉਹ ਤਾਂ ਸਭ ਤੋਂ ਵੀ ਵਧੀਆ ਤੇ ਉਹਦੇ ਚ ਪੀਸਿਸ ਵਗੈਰਾ ਰਹਿੰਦੇ ਨਹੀਂ ਹੈਗੇ ਤੇ ਜੇ ਥੋੜੇ ਜਿਹਾ ਉਹ ਮੇ ਕੱਚਾਪਨ ਜੋ ਹੋਵੇ ਤਾਂ ਉਹਦਾ ਟੇਸਟ ਨਹੀਂ ਵਧੀਆ ਆਉਂਦਾਗਾ ਉਹ ਉਹ ਵਧੀਆ ਆਈਸਕ੍ਰੀਮ ਵੀ ਨਹੀਂ ਟੇਸਟ ਬਣਦੀ ਤੇ ਉਹ ਪੀਸਿਸ ਵਗੈਰਾ ਜ਼ਿਆਦਾ ਵਿੱਚ ਆਈ ਜਾਂਦੇ ਨੇ ਕੱਚੇ ਜਿਹੇ ਤੇ ਉਹ ਹੋਰ ਚੀਜ਼ ਬਣ ਜਾਂਦੀ ਆ ਤੇ ਆਈਸਕ੍ਰੀਮ ਵਾਸਤੇ ਪੂਰਾ ਇਹ ਬਹੁਤ ਵਧੀਆ ਏ ਘੋਲ ਜੇ ਬਣ ਜਾਊਗਾ ਤੇ ਹੁਣ ਦੇਖ ਲਓ ਆਹ ਇਹਦੀ ਸਮੂਥੀ ਜੀ ਬਣ ਗਈ ਹੈ ਜਾਨੀ ਕਿ ਪੂਰਾ ਮਿਕਸ ਹੋ ਗਿਆ ਥੋੜਾ ਜਿਹਾ ਵਿੱਚ ਦੁੱਧ ਐਡ ਕਰ ਲਿਆ ਸੀ ਆਪਾਂ ਤੇ ਹੁਣ ਆਪਾਂ ਇਹਨੂੰ ਜਿਹੜਾ ਦੁੱਧ ਆਪਣਾ ਠੰਡਾ ਹੋਇਆ ਹੋਇਆ ਵਾ ਤੇ ਆਪਾਂ ਉਹਦੇ ਵਿੱਚ ਮਿਕਸ ਕਰਾਂਗੇ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਘੋਲਣਾ ਹੈ ਇਹਦੇ ਚ ਪਾ ਕੇ ਦੁੱਧ ਚ ਕਿ ਸਾਰਾ ਇੱਕੋ ਹੀ ਤਰ੍ਹਾਂ ਦਾ ਹੋ ਜਵੇ ਇਹ ਨਹੀਂ ਤਾਂ ਜੇ ਉਹ ਵਿੱਚ ਮਤਲਬ ਨਹੀਂ ਵਧੀਆ ਬਣੂਗਾ ਤਾਂ ਫਿਰ ਉਹ ਅਡੜ ਜਿਆ ਹੋਰੀ ਟੇਸਟ ਜਿਆ ਬਣਦਾ ਵਾ ਤੇ ਚੰਗੀ ਤਰ੍ਹਾਂ ਕੋਸ਼ਿਸ਼ ਕਰੋ ਕਿ ਸਾਰਾ ਇਹ ਵਿੱਚ ਇਹਦੇ ਪਾ ਕੇ ਤੇ ਚੰਗੀ ਤਰ੍ਹਾਂ ਚਮਚੇ ਨਾਲ ਹਲਾ ਲਓ ਤੇ ਆ ਦੁਬਾਰਾ ਆਪਾਂ ਅੱਗ ਤੇ ਗੈਸ ਤੇ ਨਹੀਂ ਧਰਨਾਗਾ ਕਿਉਂਕਿ ਦੁੱਧ ਫਟ ਸਕਦਾ ਹੈ ਇਹ ਤੇ ਇਹਨੂੰ ਇਦਾਂ ਹੀ ਸਾਰੇ ਨੂੰ ਘੋਲ ਨੂੰ ਬਣਾ ਕੇ ਤੇ ਉਸ ਤੋਂ ਬਾਅਦ ਥੋੜਾ ਠੰਡਾ ਤਾਂ ਪਹਿਲਾਂ ਹੀ ਹੋ ਚੁੱਕਾ ਹੈ ਤੇ ਆਪਾਂ ਫਿਰ ਇਹਦੇ ਵਿੱਚ ਚਾਹੇ ਤੇ ਇਹਦੀ ਤੁਸੀਂ ਕੋਲ ਕੁਲਫੀਆਂ ਵੀ ਬਣਾ ਸਕਦੇ ਹਾਂ ਜਿਵੇਂ ਮਤਲਬ ਜਿਵੇਂ ਤੁਹਾਨੂੰ ਪਸੰਦ ਹੋਵੇ ਤੇ ਜਾਂ ਤੁਸੀਂ ਇਦਾਂ ਹੀ ਮਤਲਬ ਕੋਈ ਮਤਲਬ ਕੰਟੇਨਰ ਲੈ ਕੇ ਕੋਈ ਡੱਬਾ ਵਗੈਰਾ ਕੋਈ ਭਾਂਡਾ ਲੈ ਕੇ ਤਾਂ ਤੁਸੀਂ ਉਹਦੇ ਵਿੱਚ ਵੀ ਫ੍ਰੀਜ਼ ਕਰ ਸਕਦੇ ਹੋ ਪਾ ਕੇ ਤੇ ਇਹ 4 ਤੋਂ 5 ਘੰਟੇ ਮਤਲਬ ਫ੍ਰੀਜ਼ਰ ਚ ਮਤਲਬ ਜੰਮ ਜਾਂਦਾ ਹੈ ਫ੍ਰੀਜ਼ ਹੋ ਜਾਂਦਾ ਹੈ ਤੇ ਜੇ ਜ਼ਿਆਦਾ ਮਤਲਬ ਹਾਰਡ ਤੁਸੀਂ ਫ੍ਰੀਜ਼ ਕਰਨੇ ਆ ਤਾਂ ਵੱਧ ਟਾਈਮ ਵੀ ਓਵਰਨਾਈਟ ਵੀ ਰੱਖ ਸਕਦੇ ਹੋ ਤੇ ਜੇ ਥੋੜਾ ਜਿਹਾ ਮਤਲਬ ਵੀ ਬਾਲਾ ਵੀ ਨਹੀਂ ਮਤਲਬ ਥੋੜਾ ਥੋੜਾ ਜਿਹਾ ਮਤਲਬ ਠੰਡਾ ਪੰਜਾ ਜਾਨੀ ਕਿ ਆਈਸ ਜੀ ਥੋੜਾ ਬਹੁਤਾ ਜੰਮਿਆ ਹੋਵੇ ਤਾਂ ਫਿਰ ਤੁਸੀਂ ਉਸ ਸਾਮ ਦੇ ਨਾਲ ਵੀ ਓਨੇ ਘੰਟੇ ਮਤਲਬ ਉਸ ਸਾਮ ਨਾ ਰੱਖ ਲਿਓ ਫ੍ਰੀਜ਼ਰ ਚ ਮੈਂ ਚਾ ਮਤਲਬ ਇਹਨੂੰ ਇਦਾਂ ਪੈਕ ਕਰਕੇ ਪੇਪਰ ਨਾਲ ਉਸ ਤੋਂ ਬਾਅਦ ਫਿਰ ਮੈਂ ਫ੍ਰਿਜ ਵਿੱਚ ਰੱਖਿਆ ਸੀਗਾ ਤੇ 4 ਕੁ ਘੰਟੇ ਹੀ ਰੱਖਿਆ ਸੀਗਾ ਜ਼ਿਆਦਾ ਨਹੀਂ ਰੱਖਿਆ ਇਹ ਤੇ ਇਹਨੂੰ ਆਪ ਮੈਂ 4 ਘੰਟੇ ਫ੍ਰੀਜ਼ਰ ਚ ਰੱਖ ਕੇ ਤੇ ਫਿਰ ਇਹ ਜੰਮ ਗਿਆ ਸੀਗਾ ਮਤਲਬ ਆਈਸਕ੍ਰੀਮ ਬਣ ਗਈ ਸੀ ਕਿ ਆਪਣੀ ਤੇ ਮਤਲਬ ਬਹੁਤ ਹੀ ਵਧੀਆ ਮਤਲਬ ਇੰਨਾ ਨਹੀਂ ਹੈ ਜੇ ਤੁਸੀਂ ਹਾਰਡ ਰੱਖਣਾ ਤਾਂ ਉਸ ਹਾਮ ਨਾਲ ਤੁਸੀਂ ਵੇਖ ਲਿਓ ਤੇ ਆ ਵੇਖ ਲਓ 4 ਕੁ ਘੰਟਿਆਂ ਵਿੱਚ ਇੰਨਾ ਕੁ ਮਤਲਬ ਮੈਂ ਫ੍ਰੀਜ ਕੀਤਾ ਮਤਲਬ ਜਮਾਇਆ ਸੀਗਾ ਕਿ ਮਤਲਬ ਜ਼ਿਆਦਾ ਵੀ ਕੋਈ ਜਿਵੇਂ ਹਾਰਡ ਜੀ ਹੁੰਦੀ ਨਾ ਜਿਵੇਂ ਆਈਸ ਬਣੀਆਂ ਹੁੰਦੀਆਂ ਓਵੇਂ ਤਾਂ ਮੈਨੂੰ ਮੈਂ ਹਰ ਇੱਕ ਬੰਦੇ ਦੀ ਆਪਣੀ ਚੋਇਸ ਹੁੰਦੀ ਹੈ ਤਾਂ ਮੈਂ ਇਹ ਥੋੜਾ ਘਟੀ ਮਤਲਬ ਕੀਤਾ ਸੀਗਾ ਜੇ ਆਈਸਕ੍ਰੀਮ ਘੱਟ ਜਮਾਈ ਸੀਗੀ ਤੇ ਹੁਣ ਆਪਾਂ ਦੇਖ ਲਓ ਕਿ ਇਹ ਬਹੁਤ ਹੀ ਵਧੀਆ ਬਣ ਗਿਆ ਇਹ ਹੁਣ ਤੁਸੀਂ ਆਪਣੇ ਆ ਪਾ ਕੇ ਮਤਲਬ ਇਹ ਖਾ ਸਕਦੇ ਹੋ ਗਲਾਸੀ ਵਗੈਰਾ ਚ ਤੇ ਇਹਦਾ ਟੇਸਟ ਇੰਜੋਏ ਕਰੋ ਆਪਣਾ ਜਿਹੜੀ ਮੰਗੋ ਦੀ ਆ ਅੰਬ ਦੀ ਆਈਸਕ੍ਰੀਮ ਰੈਡੀ ਹੋ ਗਈ ਆ ਤੇ ਇਹਦੇ ਉੱਤੇ ਆਪਾਂ ਜਿਵੇਂ ਤੁਸੀਂ ਡਰਾਈ ਫਰੂਟ ਵੀ ਵਗੈਰਾ ਪਾ ਸਕਦੇ ਹੋ ਤੇ ਪਰ ਮੈਂ ਇਹਦੇ ਚ ਜਿਹੜੀ ਆ ਟੂਟੀ ਫੂਟੀ ਹੁੰਦੀ ਆ ਤੇ ਇਹ ਵਾਲੀਆਂ ਮਤਲਬ ਪਾਈ ਸੀ ਇਹਦਾ ਟੇਸਟ ਵਧੀਆ ਲੱਗਦਾ ਆਈਸਕ੍ਰੀਮ ਦੇ ਵਿੱਚ ਤੇ ਟੂਟੀ ਫੂਟੀ ਪਾ ਲਓ ਤੇ ਇਹਦੇ ਚ ਰੇਜ਼ਿਸ ਜਿਹੜੇ ਇਹ ਸੌਗੀ ਪਾਲੋ ਇਹਦੇ ਵਿੱਚ ਤੇ ਇਹ ਬਹੁਤ ਹੀ ਵਧੀਆ ਲੱਗਦਾ ਦਾ ਟੇਸਟ ਵੀ ਵਧੀਆ ਆਉਂਦਾ ਤੇ ਤੁਸੀਂ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਜ਼ਰੂਰ ਕਰਿਓ ਤੇ ਤੁਸੀਂ ਵੀ ਬਣਾ ਕੇ ਮੈਨੂੰ ਕਮੈਂਟਸ ਵਿੱਚ ਦੱਸਿਓ ਕਿ ਕਿੱਦਾਂ ਦਾ ਤੁਹਾਨੂੰ ਇਹ ਰੈਸਪੀ ਲੱਗੀ ਤੇ ਓਕੇ ਬਾਏ ਥੈਂਕ ਯੂ